ਨਾਜ਼ਰੀਨ ਸਾਡੇ ਨਾਲ ਰਹਿਣ ਦਾ ਸ਼ੁਕਰੀਆ ਇੱਕ ਵਾਰੀ ਫਿਰ ਡਾਕਟਰ ਅਜ਼ਹਰ ਮਹਿਮੂਦ ਸਾਹਿਬ ਅਤੇ ਡਾਕਟਰ ਵਸੀਮ ਗਰਦੇਜ਼ੀ ਸਾਹਿਬ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ। ਡਾਕਟਰ ਸਾਹਿਬ, ਤੁਸੀਂ ਸ਼ਾਇਰੀ ਵੀ ਕਰਦੇ ਹੋ ਅਤੇ ਅੱਜ ਸਾਡੇ ਨਾਜ਼ਰੀਨ ਨਾਲ ਕੁਝ ਸ਼ੇਅਰ ਕਰੋ ਆਪਣੀ ਸ਼ਾਇਰੀ ਦਾ ਕੁਝ ਕਲਾਮ। ਜੀ, ਮੈਂ ਕੁਝ ਇੱਕ ਦੋ ਚੁਮਿਸਰੇ ਮੈਂ ਸੁਣਾਉਣਾ ਚਾਹਾਂਗਾ। ਬੰਦੇ ਹਲਕੇ ਹੋ ਗਏ, ਬੰਦੇ ਹਲਕੇ ਹੋ ਗਏ, ਬੰਦੇ ਹਲਕੇ ਹੋ ਗਏ, ਥਾਂ ਥਾਂ ਲੜਦੇ ਪਿੜਦੇ ਦਿਸਣ। ਵਾਹ 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 ਵਾਹ। ਬੰਦੇ ਹਲਕੇ ਹੋ ਗਏ, ਥਾਂ ਥਾਂ ਲੜਦੇ ਪਿੜਦੇ ਦਿਸਣ। ਸਾਂਝ ਪ੍ਰੀਤਾਂ ਵਾਲੇ ਖੂਹ ਪਏ ਪੁੱਠੇ ਗਿਰਦੇ ਦਿਸਣ। ਵਾਹ ਵਾਹ ਵਾਹ। ਅਤੇ ਜਿੱਧਰ ਵੇਖਾਂ, ਜਿੱਧਰ ਵੇਖਾਂ ਤਿੱਖੀਆਂ ਸੂਲਾਂ ਉੱਗੀਆਂ ਨਜ਼ਰੀ ਆਵਣ। ਜਿੱਧਰ ਵੇਖਾਂ ਤਿੱਖੀਆਂ ਸੂਲਾਂ ਉੱਗੀਆਂ ਨਜ਼ਰੀ ਆਵਣ। ਅਜ਼ਰ ਹੁਣ ਤੇ ਸੱਧਰ ਆਉਂਦੀ, ਫੁੱਲ ਵੀ ਖਿੜਦੇ ਦਿਸਣ। ਵਾਹ ਵਾਹ ਵਾਹ। ਅਤੇ ਇੱਕ ਹੋਰ ਇਸ ਤਰ੍ਹਾਂ ਚੁਮਿਸਰਾ ਜੀ, ਰਾਹ ਪੁੱਛਿਆ ਕੋਈ ਅਰਜ ਨਹੀਂ ਹੁੰਦਾ, ਰਾਹ ਪੁੱਛਿਆ ਕੋਈ ਹਰਜ ਨਹੀਂ ਹੁੰਦਾ, ਰਾਹ ਪੁੱਛਿਆ ਕੋਈ ਹਰਜ ਨਹੀਂ ਹੁੰਦਾ, ਕਿਧਰੇ ਪਰਚਾ ਦਰਜ ਨਹੀਂ ਹੁੰਦਾ। ਵਾਹ 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 ਵਾਹ। ਰਾਹ ਪੁੱਛਿਆ ਕੋਈ ਹਰਜ ਨਹੀਂ ਹੁੰਦਾ, ਕਿਧਰੇ ਪਰਚਾ ਦਰਜ ਨਹੀਂ ਹੁੰਦਾ। ਔਰ ਸਾਰੀ ਉਮਰ ਬੇਸੁਰਿਆਂ ਗਾਉਂਦਾ, ਜਿਸ ਦਾ ਪੱਕਾ ਖਰਚ ਨਹੀਂ ਹੁੰਦਾ। ਵਾਹ 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 ਵਾਹ। ਡਾਕਟਰ ਸਾਹਿਬ, ਡਾਕਟਰ ਸਾਹਿਬ, ਤੁਸੀਂ ਈਰ ਵਾਰਸ਼ਾਹ ਨੂੰ ਗਾਉਂਦੇ ਵੀ ਹੋ, ਤੁਸੀਂ ਉੱਥੇ ਪੂਰਾ ਗੁਜਰਾਤ ਦੇ ਵਿੱਚ ਇੱਕ ਸਿਸਟਮ ਰੱਖੇ ਆ, ਉੱਥੇ ਮਹਿਫਲਾਂ ਵੀ ਹੁੰਦੀਆਂ ਨੇ। ਜੀ ਬਿਲਕੁਲ। ਔਰ ਮੈਂ ਸੁਣਿਆ ਕਿ ਤੁਸੀਂ ਉੱਥੇ ਪੇਸ਼ ਵੀ ਕਰਦੇ ਹੋ, ਕਲਾਮ ਵੀ ਪੇਸ਼ ਕਰਦੇ ਹੋ, ਤੁਹਾਡੇ ਨਾਲ ਹੋਰ ਦੋਸਤ ਵੀ ਹੁੰਦੇ ਨੇ। ਜਾ ਅਤੇ ਅੱਜ ਅਗਰ ਸਾਡੇ ਨਾਜ਼ਰੀਨ ਨਾਲ ਕੁਝ ਸ਼ੇਅਰ ਕਰ ਲਓ ਤੇ। ਹਾਂਜੀ, ਜ਼ਰੂਰ। ਵਾਰਿਸ ਸ਼ਾਹ ਸੁਖਨ ਦੇ ਵਾਰਿਸ ਨੇ ਜੀ, ਉਹਨਾਂ ਦਾ ਕਲਾਮ ਸੁਣਾਇਆ ਬਿਨਾਂ ਤਾਂ ਮਹਿਫਲ ਮੁਕੰਮਲ ਨਹੀਂ ਹੁੰਦੀ ਜੀ। ਹੇਰ ਆਖ ਦੇ ਜੋਗਿਆ ਝੂਠ ਬੋਲੇ, ਕੌਣ ਰੁੱਠੜੇ ਯਾਰ ਮਨਾਮਦਾ, ਐਸਾ ਕੋਈ ਨਾ ਮਿਲਿਆ ਮੈਂ ਢੂੰਡ ਥੱਕੀ। ਵਾਹ ਜੀ ਵਾਹ। ਜਿਹੜਾ ਗਿਆਨ ਨੂੰ ਮੋੜ ਲਿਆਂਦਾ, ਇੱਕ ਜੱਟ ਦੇਖੇਤ ਨੂੰ ਅੱਗ ਲੱਗੀ, ਵੇਖਾਂ ਕੇ ਕਦੋਂ ਬੁਝਾਵਦਾ, ਇੱਕ ਬਾਜ਼ ਤੋਂ ਕਾਗ ਨੇ ਕੋਝ ਖੋਈ, ਵੇਖਾਂ ਚੁੱਪ ਹੈ
ਜਦੋਂ ਬੰਦਾ ਸੁਣਦਾ ਤੁਹਾਡੀ ਅੱਖਾਂ 'ਚ ਆਸੂ ਆ ਜਾਂਦੇ ਨੇ, ਜਿੰਨੀ ਵਾਰੀ ਤੁਸੀਂ ਸੁਣੋ ਉਨੇ ਵਾਰੀ ਇੰਨਾ ਲੁਤਫ ਆਉਂਦਾ ਹੈ, ਮਜ਼ਾ ਆਉਂਦਾ ਹੈ। ਤੁਸੀਂ ਸੈਫੁਲ ਮਲੂਕ ਦੇ ਕੁਛ ਅਸ਼ਾਰ ਸਾਨੂੰ ਜਾਂ ਬੰਦ ਜੀ ਜੀ ਆਇਆ
संगी सो जो तंगी अंदर बने पुंजाल दुखांदा संगी सो जो तंगी अंदर बने दिल मोमलदा शीशा बनया दिल मोमलदा शीशा पर जे सान इशक दी तर के खूब जंगार उतारन पर जे सान इशक दी तर के खूब जंगार उतारन। वाह जी डॉक्टर साहब, वाह डॉक्टर साहब, डॉक्टर साहब बड़ा अच्छा लग्या तुहाडे नाल। जिहड़ियां महफलां होंदियां ने ये बड़ी तशनगी रह जांदी है। ये फिर असी दुआ करने हैं कि तुसी फिर तशरीफ लियाओ कैनेडा, फिर असी बैठिए, फिर गलबात करिए, या जिंदगी रही तो साड़ी मुलाकात तुहाडे पाकिस्तान च होवे, तुहाडे नाल मिला। जी हां जी, गुरदेव जी साहब बड़ा अच्छा लग्या तुसी भी तशरीफ लियाए, और मैं शुक्रिया अदा करना वा डॉक्टर अरशद शाह साहब का जिन्हां दी वजह तो बेशक तुसी सानू मिले, और डॉक्टर साहब जिहड़े ने साडे पीरो मुर्शद ने, तो अल्लाह तआला उन्हें जिंदगी करे। आमीन। नाजरीन तुहानूं यह प्रोग्राम जरूर पसंद आया होगा, सानू फीडबैक देना। असी इंशाअल्लाह तआला फिर नवे मेहमानों के नाल नवे प्रोग्राम के नाल मुलाकात विच मिलांगे। तुहाडा साडा सारा दा रब राखा। पाकिस्तान जिंदाबाद, कैनेडा पाइंदाबाद।